ਅੱਜ ਦੇ ਬਜਟ ਦੇ ਵਿੱਚ 9% ਪਹਿਲਾਂ ਸਟੈਂਪ ਡਿਊਟੀ ਸੀ, ਉਹ 3% ਘਟਾ ਦਿੱਤੀ ਗਈ, ਹੁਣ 6% ਸਟੈਂਪ ਡਿਊਟੀ ਹੋ ਗਈ ਹੈ। ਇਹ ਬੜਾ ਮਾਰਕੇ ਵਾਲਾ ਕੰਮ ਹੈ, ਲੋਕਾਂ ਨੂੰ, ਪੰਜਾਬ ਦੇ ਹਰ ਵਰਗ ਦੇ ਲੋਕ ਨੂੰ ਇਹਦਾ ਫਾਇਦਾ ਮਿਲੇਗਾ। ਦੇਖੋ, 5 ਰੁਪਈਏ ਬਿਜਲੀ ਕਰ ਦਿੱਤੀ ਜੀ, ਕਿੱਡਾ ਇਤਿਹਾਸਕ ਫੈਸਲਾ ਕਿ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਗਿਆ, ਇਹ ਤਾਂ ਰਿਮਾਰਕੇਬਲ ਹੈ ਜੀ। ਮੈਂ ਮੁਬਾਰਕਬਾਦ ਦਿੰਦਾ ਹਿਜ਼ ਐਕਸਲੈਂਸੀ ਕੈਪਟਨ ਅਮਰਿੰਦਰ ਸਿੰਘ ਨੂੰ। ਇਹ ਸਟੈਪ ਕੈਪਟਨ ਅਮਰਿੰਦਰ ਸਿੰਘ ਹੀ ਲੈ ਸਕਦਾ, ਆ ਪਿਛਲੀ ਸਾਡੀ 10 ਸਾਲ ਦੀ ਸ਼੍ਰੋਮਣੀ ਅਕਾਲੀ ਦਲ ਨੇ, ਇਹ ਕਹਿੰਦੇ ਨੇ ਅਸੀਂ ਕਿਸਾਨਾਂ ਦੇ ਰਾਖੇ ਹਾਂ, ਇਹ ਕਿਸਾਨਾਂ ਦੇ ਰਾਖੇ ਨਹੀਂ, ਇਹ ਤਾਂ ਕਿਸਾਨਾਂ ਦੇ ਰੇਟ ਹੈ, ਲੇਕਿਨ 4900 ਰੁਪਏ ਦੀ ਜਿਹੜੀ ਇਹ, ਲੇਕਿਨ 3500 ਰੁਪਏ ਉਸਦਾ ਰੇਟ ਹੈ। ਇਹ ਬਾਦਲੋਂ ਕੀ ਕਿੱਟ ਹੈ ਜੋ 3000 ਰੁਪਏ ਕੀ ਹੈ, ਰੋਣ ਜੀ ਕੋ ਪਹਿਲੇ ਸਮਝਾ ਦੂੰਗਾ, 4900 ਰੁਪਏ ਦੇ ਵਿੱਚ ਦੀ ਉਹ ਜਿਮ ਹੈ, ਆਪ ਦੇਖ ਸਕਦੇ ਹੋ, ਉਹੀ ਜਿਮ ਹੈ, ਮੈਂ ਗਾਓਂ ਸੇ ਉਠਾ ਕੇ ਲਾਇਆ, 30000 ਕਾ ਜਿਮ ਆਤਾ ਹੈ ਮਾਰਕੀਟ ਮੇਂ, ਲੇਕਿਨ 47000 ਮੈਡਮ। ਕਿੱਟ ਦਿੱਤੀ ਹੈ ਜਿਹਦੇ 'ਤੇ ਬਾਦਲ ਸਾਹਿਬ ਦੀ ਅਤੇ ਸੁਖਬੀਰ ਜੀ ਦੀ ਫੋਟੋ ਹੈ, ਕਿ 3000 ਦੀ ਕਿੱਟ ਸੀ, 5900 ਰੁਪਏ ਦੀ ਕਿੱਟ ਲਾਏਗੀ। ਉਹ ਜਿਮ ਹੈ 30000 ਰੁਪਏ ਦਾ ਜਿਮ ਹੈ, ਜਿਹਦੇ 'ਤੇ 47000 ਰੁਪਏ ਦਾ ਇਹਨਾਂ ਨੇ ਲਾਇਆ। ਇਸ ਤਰ੍ਹਾਂ ਪੰਜਾਬ ਦੇ, ਇਹ ਟੈਂਟ ਹੈ, ਆਹ ਟੈਂਟ ਹੈ, ਸੇਮ ਟੈਂਟ ਅਸੀਂ ਲੈ ਕੇ ਆਏ ਉੱਥੋਂ ਚੱਕ ਕੇ। ਇਹ 70000 ਰੁਪਏ ਦਾ ਟੈਂਟ ਹੈ, ਜਿਹੜਾ ਕਿ 1,60,000 ਰੁਪਏ ਦਾ ਬਾਦਲਾਂ ਦੀ ਹੱਟੀ ਦੇ ਵਿੱਚ।